ਗੁਰਦੁਆਰਾ ਸੰਤ ਆਸ਼ਰਮ ਨਰਾਇਣ ਸਰ ਪਿੰਡ ਸੇਖਾ ਜਲੂਰ ਜ਼ਿਲ੍ਹਾ ਬਰਨਾਲਾ ਵਿਖੇ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਤਪਾ ਦਰਾਜ ਮੋਹਾਲੀ ਵਾਲੇ ਯਾਦ ਵਿੱਚ ਸਲਾਨਾ ਜੋੜ ਮੇਲਾ ਬਸੰਤ ਪੰਚਮੀ ਦੇ ਦਿਹਾੜੇ ਤੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੋਹਾਲੀ ਵਾਲੇ ਅਤੇ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਏ ਗਏ ਸਮਾਗਮਾਂ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਭੇ ਦੀ ਸੰਭਾਲ, ਆਪਣੀ ਮਿਹਰ ਕਰ, ਸਭੇ ਦੀ ਸੰਭਾਲ। ਸਮਾਗਮ ਮੌਕੇ ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੰਤ ਬਾਬਾ ਹਰਵਿੰਦਰ ਸਿੰਘ ਜੀ ਰੌਲੀ ਵਾਲੇ, ਸਵਾਮੀ ਅਮਰਤਾਨੰਦ ਜੀ ਕੁੜੀਆ ਜ਼ਰੂਰ ਧਾਮ, ਬਾਬਾ ਗੁਰਮੇਲ ਸਿੰਘ ਜੀ ਚੌਧਾਰਾ, ਬਾਬਾ ਹਰਨੇਕ ਸਿੰਘ ਜੀ ਰਾਮਪੁਰ ਵਾਲੇ, ਬਾਬਾ ਗੁਰਵੀਰ ਸਿੰਘ ਜੀ ਕੱਟੂ, ਸੰਤ ਬਲਬੀਰ ਸਿੰਘ ਕੋਨਸ, ਮਹੰਤ ਕ੍ਰਿਸ਼ਨ ਮੁਨੀ ਜੀ ਸੇਖਾ ਅਤੇ ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਤੋਂ ਇਲਾਵਾ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੋਹਾਲੀ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੇਰੇ ਮਨ ਧੂੜੀ ਹੋ ਜਾ, ਸੰਤਾਂ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ, ਸੰਤਾਂ ਦੇ ਚਰਨਾਂ ਦੀ ਵਾਹਿਗੁਰੂ ਮੇਰੇ ਮਨ ਧੂੜੀ ਹੋ ਜਾ, ਸੰਤਾਂ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ। ਭਲਾ ਕਰਦੇ ਸਭ ਦਾ, 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 ਉਹ ਭਲਾ ਕਰਦੇ ਸਭ ਦਾ, ਭਲਾ ਕਰਦੇ ਸਭ ਦਾ, ਭਲਾ ਕਰਦੇ ਸਭ ਦਾ, ਸਾਧੂ ਰੂਪ ਰੱਬ ਦਾ, ਸਾਧੂ ਰੂਪ ਰੱਬ ਦਾ, ਸਾਧੂ ਰੂਪ ਰੱਬ ਦਾ। ਸੰਤ ਮਹਾਂਪੁਰਖ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਸਾਹਿਬ, ਉਹ ਜਿੰਨਾ ਚਿਰ ਇਸ ਦੁਨੀਆਂ ਦੇ ਉੱਪਰ ਰਹੇ ਗੁਰਮਤ ਦਾ ਪ੍ਰਚਾਰ ਕੀਤਾ, ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਜੋ ਮਹਿਮਾ ਹੈ ਗੁਰਬਾਣੀ ਰਾਹੀਂ ਉਹ ਸਾਰੇ ਸੰਦੇਸ਼ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੁਨੀਆਂ ਦੇ ਵਿੱਚ ਵੰਡਿਆ। ਸੰਤੋਂ ਕੀ ਮਹਿਮਾ ਕਹੀ ਨਾ ਜਾਏ, 68 ਤੀਰਥ ਚਰਨੋਂ ਪਾਏ। 68 ਤੀਰਥ ਜਿਹੜੇ ਨੇ ਉਹ ਸਾਧੂਆਂ ਦੇ ਚਰਨਾਂ ਵਿੱਚ ਹੁੰਦੇ ਨੇ। ਇਸ ਕਰਕੇ ਅੱਜ ਇਹ ਕੁੰਭ ਲੱਗਿਆ ਸੰਤ ਬਾਬਾ ਨਰਾਇਣ ਸਿੰਘ ਮੁਨੀ ਜੀ ਮਹਾਰਾਜ, ਉਹ ਸੰਤ ਸੀ ਤਾਂ ਸੰਤੋਂ ਕੀ ਮਹਿਮਾ ਕਹੀ ਨਾ ਜਾਏ।
ਇਹ ਗਰੀਬਦਾਸ ਜੀ ਮਹਾਰਾਜ ਜੀ ਦਾ ਬਚਨ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਲੈਣ ਉਪਰੰਤ ਪੁੱਜੇ ਸ਼ਖਸੀਅਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਸਾਰੇ ਸਮਾਗਮਾਂ ਮੌਕੇ ਸਟੇਜ ਨੂੰ ਜਥੇਦਾਰ ਮੱਖਣ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਸਾਡੇ ਰਿਪੋਰਟਰ ਗੌਰਵਗੜ੍ਹ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੋਹਾਲੀ ਵਾਲੇ ਅਤੇ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲਿਆਂ ਨੇ ਆਪਣੇ ਵਿਚਾਰ ਰੱਖੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਸੇਖਾ ਜਲੂਰ ਗੁਰਦੁਆਰਾ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ, ਜੋ ਕਿ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ 2004 ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਵਿਖੇ ਨਗਰ ਕੀਰਤਨ ਦੀ ਅਗਵਾਈ ਕਰਦੇ ਆਪਣੇ ਸਰੀਰ ਦਾ ਪ੍ਰੀ ਤਿਆਗ ਕਰ ਗਏ ਸੀ। ਉਹਨਾਂ ਦੀ ਪਵਿੱਤਰ ਯਾਦ ਵਿੱਚ ਮਹਾਂਪੁਰਖਾਂ ਦੀ 16ਵੀਂ ਵਰਸੀ ਉਹਨਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸੇਖਾ ਜਲੂਰ ਵਿਖੇ ਮਨਾਈ ਜਾਂਦੀ ਹੈ। ਇਸ ਸਥਾਨ 'ਤੇ ਸੰਤ ਬਾਬਾ ਭਰਪੂਰ ਸਿੰਘ ਜੀ ਸੇਵਾ ਨਿਭਾ ਰਹੇ ਨੇ, ਦਾਸ ਸਮੂਹ ਸੰਸਥਾ ਦਾ ਮੁਖੀ ਅਤੇ ਸਾਰੀਆਂ ਗੁਰਸਿੱਖ ਸੰਗਤਾਂ ਇਸ ਸਥਾਨ 'ਤੇ ਆ ਕੇ ਨਤਮਸਤਕ ਹੁੰਦੀਆਂ ਨੇ, ਗੁਰੂ ਵਾਲੇ ਬਣਦੀਆਂ ਨੇ, ਸੇਵਾ ਕਰਦੀਆਂ ਨੇ। ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਆ ਕੇ ਇੱਥੇ ਗੁਰੂ ਮਹਾਂਪੁਰਖਾਂ ਦੇ ਸਥਾਨ 'ਤੇ ਆਪਣਾ ਜੀਵਨ ਸਫਲਾ ਕਰਦੀਆਂ ਨੇ। ਬੀਬੇ ਦੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ। ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਸਲਾਨਾ ਧਾਰਮਿਕ ਸਮਾਗਮ ਪਿੰਡ ਜਰਗੜੀ ਵਿਖੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੋਹਾਲੀ ਵਾਲੇ, ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲੇ ਕੀਰਤਨਕਰ ਸੰਗਤਾਂ ਨੂੰ ਨਿਹਾਲ ਕਰਨਗੇ। ਸੰਗਤਾਂ ਨੂੰ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ ਵੱਲੋਂ ਸੰਗਤਾਂ ਦੇ ਦਾਸ ਭਾਈ ਅਮਰਜੀਤ ਸਿੰਘ ਅਤੇ ਸਮੂਹ ਇਲਾਕਾ ਤੇ ਨਗਰ ਨਿਵਾਸੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।